आम आदमी पार्टी सच्चाई ਨੂੰ ਲੈ ਕੇ ਇਮਾਨਦਾਰ ਨੂੰ ਇਮਾਨਦਾਰੀ ਨੂੰ ਲੈ ਕੇ ਦੁਨੀਆ ਦੇ ਵਿੱਚ ਆਈ ਹੈ ਬੀਜੇਪੀ ਨੇ ਕਿਸਾਨਾਂ ਨੂੰ ਨਹੀਂ ਸਿਰਫ ਤੰਗ ਕਰਿਆ ਸਾਰੇ ਵਰਗ ਨੂੰ ਤੰਗ ਕਰਿਆ ਔਰ ਹਰ ਵਰਗ ਤੰਗ ਹੈ ਕਿਸਾਨਾਂ ਦੀ ਜਿਹੜੀ ਮੌਤ ਹੋਈ ਹੈ ਉਹਦੇ ਜ਼ਿੰਮੇਦਾਰ ਬੀਜੇਪੀ ਸਰਕਾਰ ਹੈ ਜਿਹੜਾ ਬੰਦਾ ਜਿਵੇਂ ਦਾ ਹੁੰਦਾ ਨਾ ਉਹਨੂੰ ਉਹਦੇ ਸਾਰੇ ਦਿਖ ਰਹੇ ਹੁੰਦੇ ਕੇਜਰੀਵਾਲ ਜੀ ਨੇ ਕੋਈ ਵਾਦਾ ਨਹੀਂ ਕਰਿਆ ਗਰੰਟੀ ਕਰੀ ਹੈ ਬਿਲਕੁਲ ਕਰਕੇ ਦਿਖਾਵਾਂਗੇ ਜਦ ਕਰਕੇ ਦਿਖਾਵਾਂਗੇ ਫਿਰ ਪੁੱਛਾਂਗੇ ਇਹਨਾਂ ਨੂੰ ਵੀ ਕੀ ਕਰਦਾ नमस्कार मैं हूं भोवरी चौधरी और आप देख रहे हैं अर्धप्रकाश टीवी जैसे कि आप सभी को पता ही होगा चंडीगढ़ में नगर निगम का चुनावी दौर शुरू हो गया है जिसमें हर बार 26 वोर्ड आया करते थे तो वही इस बार वोर्डो की संख्या बढ़ाकर 35 कर दी गई है इस वक्त हम मौजूद हैं वोड नंबर चौंतीस में जिसके अंतर्गत आते हैं सेक्टर फोर्टी और फोर्टी चलिए इस बार हम आपकी मुलाकात करवाएंगे आप पार्टी के उम्मीदवार हरजिंदर सिंह बाबा जी से उनका क्या कुछ कहना है और किन किन मुद्दों को लेकर वो मैदान में उतरे हैं आइए बात करते हैं सर पहले तो आपको बहुत बहुत मुबारक कि आपको आप पार्टी की ओर से टिकट मिला है सर uh, आप पहले ये बताइए कि आपने आप पार्टी को ही क्यों चुना है धन्यवाद मैं अर्थ प्रकाश का बहुत धन्यवाद करता कर आम आदमी पार्टी एक सच्चाई नु ईमानदारी लेके दुनिया विच आई है दिल्ली विच अरविंद केजरीवाल जी ने जो करके दिखाया ਉਹ ਸਭ ਦੇ ਸਾਹਮਣੇ ਹੈ ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈ ਆਮ ਆਦਮੀ ਪਾਰਟੀ ਆਪਣੇ ਵਾਸਤੇ ਨਹੀਂ ਜਨਤਾ ਵਾਸਤੇ ਸੋਚਦੀ ਹੈ ਤੇ ਦੋਨੋਂ ਪਾਰਟੀਆਂ ਆਪਣੇ ਵਾਸਤੇ ਸੋਚ ਰਹੀਆਂ ਨੇ ਪਾਰਟੀ ਅੱਗੇ ਜਾਵੇ ਇਮਾਨਦਾਰੀ ਨਾਲ ਜਾਵੇ ਔਰ ਸਾਰਾ ਦਾ ਸਾਰਾ ਫੰਡ ਜਿਹੜਾ ਆਂਦਾ ਹੈ ਇਮਾਨਦਾਰੀ ਨਾਲ ਜਨਤਾ 'ਚ ਲੱਗੇ ਇਹ ਸੋਚ ਰਵਿੰਦ ਕੇਜਰੀਵਾਲ ਜੀ ਦੀ ਹੈ ਆਪ ਕਿੰਨ ਕਿੰਨ ਮੁੱਦੋ ਕੋ ਲੈ ਕੇ ਇਸ ਵਾਰ ਮੈਦਾਨ ਮੇ ਉਤਰੇ ਹਨ ਦੇਖੋ ਭਾਜਪਾ ਨੇ ਕਰਿਆ ਕੀ ਹੈ ਤੁਹਾਡੇ ਸਾਹਮਣੇ ਹੈਗਾ ਚੰਡੀਗੜ੍ਹ ਸਾਡਾ ਸਮਾਰਟ ਸਿਟੀ ਹੁੰਦਾ ਸੀ ਦੂਸਰੇ ਨੰਬਰ ਤੋਂ 64 ਨੰਬਰ ਤੇ ਚਲਾ ਗਿਆ ਹੈ ਸਰਵੇ ਬੋਲਦਾ ਹੈ ਹਲੇ ਵੀ ਲੋਕ ਜਿਹੜੇ ਬੀਜੇਪੀ ਬੀਜੇਪੀ ਕਰਦੇ ਨੇ ਮੈਂ ਤਾਂ ਕਹਿੰਦਾ ਉਹਨਾਂ ਨੂੰ ਆਪਣਾ ਦਿਮਾਗ ਚੈੱਕ ਕਰਵਾਉਣਾ ਚਾਹੀਦਾ ਕਿ ਕਿੱਥੇ ਲੈ ਕੇ ਚਲੇ ਗਏ ਮਹਿੰਗਾਈ ਦਾ ਮੁੱਦਾ ਦੇਖ ਲਓ ਤੁਸੀਂ ਟੈਕਸ ਦੇਖ ਲਓ ਤੁਸੀਂ ਕਾਰਪੋਰੇਸ਼ਨ ਨੇ ਕਿੰਨੇ ਟੈਕਸ ਲਗਾਤੇ ਨੇ ਪਾਰਕਿੰਗ ਹੈ ਜਿਹੜੀ ਹੈ ਪਾਰਕਿੰਗ ਦੇ ਵਿੱਚ ਬੇਸ਼ੁਮਾਰ ਪਾਰਕਿੰਗ ਲਈ ਜਾ ਰਹੀ ਹੈ ਇੱਕ ਵਾਰੀ ਗੱਡੀ ਬਾਹਰ ਨਿਕਲ ਕੇ ਦੁਬਾਰੇ ਫਿਰ ਐਂਟਰੀ ਆ ਉਹਦੇ ਪੈਸੇ ਆ ਬੜਾ ਕੁਝ ਹੈ अगर बात की जाए बीजेपी पार्टी की तो कहीं ना कहीं किसान आंदोलन से उनकी छवि पर असर देखने को मिला है और अगर बात की जाए कांग्रेस पार्टी की तो उसमें इतने फेरबदल हुए हैं कि इसका कांग्रेस पार्टी पर भी इसका बहुत प्रभाव पड़ा है उसको आप किस नज़र से देखते हैं बीजेपी ने किसाना नही सिर्फ तंग कर सारे वर्ग नंग कर हर वर्ग तंग है किसानों की जड़ी मौत हुई है जिम्मेदार बीजेपी सरकार है ਉੱਥੇ ਲੋਕ ਮਰੇ ਨੇ ਇੱਥੇ ਕੰਮ ਨਹੀਂ ਕਰ ਸਕੇ ਉਹ ਲੋਕ ਜਿਹੜੇ ਲੋਕ ਉਹਦਾ ਖੇਤਾਂ ਦੇ ਵਿੱਚ ਮਜ਼ਦੂਰੀ ਕਰਦੇ ਸੀ ਉਹਨਾਂ ਨੂੰ ਮਜ਼ਦੂਰੀ ਨਹੀਂ ਮਿਲ ਸਗੀ ਹਰ ਵਰਗ ਤੰਗ ਹੋਇਆ ਜੀ ਰਹੀ ਵੱਲ ਕਾਂਗਰਸ ਦੀ ਕਾਂਗਰਸ ਦੇ ਵਿੱਚ ਤਾਂ ਪਰਿਵਾਰਵਾਦ ਹੈ ਭ੍ਰਸ਼ਟਾਚਾਰ ਹੈ ਇੱਕ ਇੱਕ ਤੁਸੀਂ ਮੰਤਰੀ ਲਾ ਲੋ ਕੋਈ ਸੰਤਰੀ ਲਾ ਲੋ ਜਿਹੜੇ ਮਰਜ਼ੀ ਨੇ ਸਾਰੇ ਦੇ ਸਾਰੇ ਲਿਫਟ ਨੇ ਕ੍ਰਿਪਸ਼ਨ ਚ ਲੇਕਿਨ ਕਾਂਗਰਸ ਵਾਲੋ ਕਹਿੰਨਾ ਹੈ ਕਿ ਕਾਂਗਰਸ ਦੇ ਵਕਤ ਮੇ ਪੈਟਰੋਲ ਦਾ ਧੰ ਬਹੁਤ ਕਮ ਤਾਂ ਮਹਿੰਗਾਈ ਦਾ ਦੌਰ ਕਮ ਥਾ ਕਾਂਗਰਸ ਵਾਲੋ ਕਹਿੰਦੇ ਤਾਂ ਇਹ ਕਹਿੰਨਾ ਦੇਖੋ ਬਿਲਕੁਲ ਘੱਟ ਸੀਗਾ ਲੇਕਿਨ ਜਿਹੜਾ ਕੰਮ ਸਰਕਾਰ ਵੱਲੋਂ ਪੈਸੇ ਲਿਆ ਕੇ ਫੰਡ ਲਾਣ ਦਾ ਸੀ ਉਹਦੇ ਚ ਕਿੱਡੀ ਕ੍ਰੈਪਸ਼ਨ ਆ ਉਹ ਵੀ ਦੱਸਣਾ ਉਹਦੇ ਜੀ ਪਵਨ ਕੁਮਾਰ ਵਾਂਸਲ ਜੀ ਦੇ ਨਾਲ ਹੁਣ ਹੀ ਥੋੜੇ ਥੋੜੇ ਪਹਿਲਾਂ 10 ਬੰਦਿਆਂ ਦੇ ਉੱਪਰ ਸੰਮਨ ਜਾਰੀ ਹੋਏ ਆ अच्छा लोगों का कहना है वोट बॉसियों का जब भी चुनाव आते हैं तो हर पार्टी का उम्मीदवार आता है अनेक वादे भी करके जाते हैं लेकिन जैसे ही वो पार्टी सत्ता में आती है उसके बाद लोगों का फ़ोन तक उठाना पसंद नहीं करते हैं काउंसलर उसके ऊपर आप क्या कहना चाहेंगे बिल्कुल ठीक है जी लोग त्रस्त ने आम आदमी पार्टी पहली बार ही आई है कारपोरेशन चोन लड़न वास्ते एक मौका दो दिल्ली देई ऐसा एम एल ए भी है नहीं जो अपने घर बैठता होएगा ਕੋਈ ਇੱਕ ਸਿੰਗਲ ਐਮ.ਐਲ.ਏ. ਉੱਥੇ ਕੰਮ ਕਰ ਰਹੇ ਨੇ ਪਬਲਿਕ ਦੇ ਕੰਮ ਕਰ ਰਹੇ ਨੇ ਸਾਰੇ ਦਾ ਸਾਰਾ ਭਾਜਪੀ ਦੀ ਪੂਰੀ ਦੀ ਪੂਰੀ ਟੀਮ ਦਿੱਲੀ 'ਚ ਲੱਗੀ ਸੀ ਤਾਂ ਵੀ ਕੁਝ ਨਹੀਂ ਕਰ ਸਕੇ ਕਾਂਗਰਸ ਪਾਰਟੀ ਦੀ ਤਾਂ ਇੱਕ ਵੀ ਸੀਟ ਨਹੀਂ ਆਈ 15 ਸਾਲ ਦਿੱਲੀ ਦੇ ਵਿੱਚ ਲਗਾਤਾਰ ਸ਼ਿਲਾ ਦਿਖਸ਼ਿਤ ਨੇ ਰਾਜ ਕਰਿਆ ਉੱਥੇ ਇੱਕ ਵੀ ਸੀਟ ਨਹੀਂ ਕਾਂਗਰਸ ਦੀ ਲੋਕਾਂ ਨੂੰ ਪਤਾ ਲੱਗ ਗਿਆ ਕਿ ਇਮਾਨਦਾਰੀ ਕੀ ਚੀਜ਼ ਹੈ ਤੇ ਬੇਈਮਾਨੀ ਕੀ ਚੀਜ਼ ਹੈ ਇਸ ਕਰਕੇ ਉਹਨਾਂ ਨੇ ਚੁਣਿਆ ਆਪ ਦੀ ਵਿਪਕਸ਼ੀ ਪਾਰਟੀ ਕਾਂਗਰਸ ਦਾ ਕਹਿਣਾ ਹੈ ਕਿ ਆਪ ਨੇ ਕਈ ਵਾਅਦੇ ਕੀਏ ਆਪ ਪਾਰਟੀ ਨੇ ਕਿ ਹਮ ਪਾਣੀ ਫ੍ਰੀ ਕਰਾਂਗੇ बीस लीटर हजार तो आपका बिजली का दाम भी हम घटाएंगे लेकिन ये सब अफवाहें हैं उनका ये कहना है तो इस पर आप क्या बोलेंगे जहड़ा बंदा जिमेंद होंगे ना उन्होंने उमें सारे दिख रहे होंगे केजरीवाल जी ने कोई वादा नहीं कर गारंटी करी है बिल्कुल करके दिखावे जब करके दिखावेंगे फिर पूछागे इन्होंने भी की गलत जनता आपके ऊपर पूर्ण रूप से विश्वास करे बिल्कुल जी जनता ने सोच लिया कि बदलाव करा और बदलाव होएगा ਬਦਲਾਅ ਹੋਏਗਾ ਇਹ ਲੋਕ ਦੇਖਦੇ ਰਹਿ ਜਾਣਗੇ ਇੱਕ ਬੇਈਮਾਨ ਆਦਮੀ ਵੀ ਚਾਹੁੰਦਾ ਹੈ ਕਿ ਮੇਰਾ ਨੌਕਰੀ ਇਮਾਨਦਾਰ ਹੋਵੇ ਔਰ ਇਮਾਨਦਾਰ ਲੋਕ ਕਿਉਂ ਨਹੀਂ ਚਾਣਗੇ ਕਿ ਇੱਕ ਇਮਾਨਦਾਰ ਕਾਉਂਸਲਰ ਹੋਵੇ ਇਮਾਨਦਾਰ ਨਗਰ ਨਿਗਮ ਹੋਵੇ ਅਗਰ ਆਪ ਜਿੱਤਦੇ ਹੈ ਤਾਂ ਸਭ ਤੋਂ ਪਹਿਲੇ ਕਿੰਨ ਕਾਰਜੋ ਨੂੰ ਪ੍ਰਾਥਮਿਕਤਾ ਦੇਣਗੇ ਪਹਿਲਾ ਤਾਂ ਸਭ ਤੋਂ ਸਫਾਈ ਤੇ ਜਾਵਾਂਗੇ ਜੀ ਜੀ ਫਰਸਟ ਪ੍ਰਾਈਜ਼ ਲੈ ਕੇ ਦਿਖਾਵਾਂਗੇ ਜਿਹੜੇ ਟੈਕਸ ਵਧੇ ਨੇ ਉਹਨਾਂ ਨੂੰ ਖਤਮ ਕਰਾਂਗੇ ਪਾਰਕਿੰਗ ਦੇ ਖਤਮ ਕਰਾਂਗੇ ਪਾਣੀ 20000 ਲੀਟਰ ਫਰੀ ਦਾ ਵਾਦਾ ਕਰਤਾ ਹੋਏਗਾ। ਆਪਣੇ ਵਾਰਡ ਵਾਸੀਓ ਕੋ ਕੋਈ ਸੰਦੇਸ਼ ਦੇਣਾ ਚਾਹੋਗੇ ਆਪ? ਮੈਂ ਆਪਣੇ ਵਾਰਡ ਵਾਸੀਆਂ ਨੂੰ ਕਹਾਂਗਾ ਕਿ ਇੱਕ ਮੌਕਾ ਦੇਖੋ ਦੇ ਕੇ ਦੇਖੋ ਕਾਂਗਰਸ ਦੇਖ ਲਈ ਭਾਜਪਾ ਦੇਖ ਲਈ ਇੱਕ ਇਮਾਨਦਾਰ ਸਰਕਾਰ ਲੈ ਕੇ ਆਵਾਂਗੇ ਇੱਕ ਮੌਕਾ ਦਿਓ ਮੈਂ ਸਭ ਤੋਂ ਇਹੀ ਕਹਾਂਗਾ ਵੀ ਇੱਕ ਮੌਕਾ ਦੇ ਕੇ ਦੇਖ ਲੋ। देखिए हरजिंदर जी का कहना है कि आपने बीजेपी पार्टी पर भरोसा जताया है आपने कांग्रेस पार्टी पर भरोसा जताया है लेकिन इस बार नगर निगम में पहली बार आप पार्टी उतरी है तो उस पर भी एक बार भरोसा जता के देखिए आपको इनका कहना है कि ये वादे नहीं ये इनके साइड से एक ठोस वादा है कि ये अपने कार्य पूरा करके ही दिखाएंगे ऐसी कुछ अहम खबरों को जानने के लिए बने रही है अर्थप्रकाश टी पर मैं अवनी चौधरी अर्थप्रकाश टी से ताज़ा अपडेट्स और बड़ी खबरों के लिए सब्सक्राइब करें आज प्रकाश टीवी और बेल आइकन दबाना न भूलें